ਕਰ ਦਿਆਂ ਮਿੰਤਾਂ ਨਹੀਂ ਅਸੀਂ ਕਰਨੀਆਂ ਗੱਲ ਗੱਲ ਤੇ GST ਦੇ ਪੈਸੇ ਦੇ ਦਿਓ ਜੀ RDF ਦੇ ਪੈਸੇ ਦੇ ਦਿਓ ਜੀ ਪੈਸੇ ਸਾਡੇ ਨੇ ਸਾਥੋਂ ਹੀ ਮਿੰਤਾਂ ਕਰਾਉਂਦੇ ਨੇ ਅਸੀਂ ਉਹਨਾਂ ਨੂੰ ਆਖਿਆ ਸੀਗਾ ਕੇਂਦਰ ਨੂੰ ਕਿ ਬੇਮੌਸਮੀ ਬਰਸਾਤ ਪੈ ਗਈ ਬਹੁਤ ਫਸਲਾਂ ਨੁਕਸਾਨ ਹੋ ਗਿਆ ਖੜੀਆਂ ਫਸਲਾਂ ਜਿਹੜੀਆਂ ਪੱਕੀਆਂ ਹੋਈਆਂ ਡਿੱਗ ਪਈਆਂ ਤਾਂ ਪਾਣੀ ਆ ਗਿਆ ਉੱਤੇ ਤਾਂ ਦਾਣਾ ਖਰਾਬ ਹੋਊਗਾ ਰਿਲੈਕਸੇਸ਼ਨ ਦੇ ਦਿਓ ਵੀ ਖਰੀਦਣ 'ਚ FCI ਵੱਲੋਂ ਉਹਨਾਂ ਨੇ ਕੀ ਕੀਤਾ ਜੀ ਹਾਂਜੀ ਕਰ ਦਿਆਂਗੇ ਇੰਨੇ ਪਰਸੈਂਟ 18% ਅਸੀਂ ਕਰ ਦਾਂਗੇ ਜੀ ਉਹ ਤੋਂ ਬਾਅਦ ਅਸੀਂ ਜੇ ਦਾਣਾ ਖਰਾਬ ਹੈ ਜਾਂ ਟੁੱਟਿਆ ਹੋਇਆ ਜਾਂ ਕਾਲਾ ਦਾਣਾ ਤਾਂ ਫਿਰ ਉਸ ਹਿਸਾਬ ਨਾਲ ਅਸੀਂ 21 ਰੁਪਈਆਂ ਦਾ ਪਰ ਕੁਇੰਟਲ ਦਾ ਕੱਟ ਲਾਂਗੇ ਪੰਜਾਬ ਸਰਕਾਰ ਸੈਂਟਰ ਵੱਲੋਂ ਲਾਏ ਹੋਏ ਕੱਟ ਦੇ ਪੈਸੇ ਆਪ ਦੇਊਗੀ ਸਾਡੇ ਕੋਲ ਹੈਗੇ ਨੇ ਅਤੇ ਐਵੇਂ ਤੁਹਾਨੂੰ ਖਜ਼ਾਨੇ ਦਿਖਾਏ ਨਹੀਂ ਇਹਨਾਂ ਨੇ ਕੋਈ ਖਜ਼ਾਨੇ ਖਾਲੀ ਨਹੀਂ ਹੁੰਦੇ ਲੋਕਾਂ ਵਾਸਤੇ ਤਾਂ ਜਮੀ ਖਾਲੀ ਨਹੀਂ ਹੁੰਦੇ ਪੈਸੇ ਅਸੀਂ ਦੇਵਾਂਗੇ ਆਉਣ ਦਿਓ ਕੋਈ ਨਹੀਂ ਇਹਨਾਂ ਨੂੰ ਲੋੜ ਪਊਗੀ ਕਣਕ ਦੀ ਹੁਣ ਚੌਲਾਂ ਵੇਲੇ ਚੌਲਾਂ ਦੀ ਲੋੜ ਪਊਗੀ ਉਦੋਂ ਆਉਣ ਦਿਓ ਫਿਰ ਦੱਸਾਂਗੇ ਵੀ ਵਿਆਜ ਸਮੇਤ ਪਹਿਲਾਂ ਕੱਟ ਵਾਲੇ ਦੇ ਦਿੱਤਾ